ਇੱਕ ਤਾੜੀ ਬਾਈ ਧਰਮਪ੍ਰੀਤ ਹੋਰਾਂ ਦੇ ਨਾਂ ਤੇ ਲਾਇਓ ਖੁੱਲ ਕੇ। ਧਰਮਪ੍ਰੀਤ ਇੱਕ ਹੀ ਜੰਮਿਆ ਸੀ, ਉਹਦੇ ਵਰਗਾ ਕੋਈ ਨਹੀਂ ਗਾ ਸਕਦਾ, ਕੋਈ ਨਹੀਂ ਬਣ ਸਕਦਾ। ਹੈਂਜੀ ਹਾਂਜੀ ਹਾਂਜੀ ਬਿਲਕੁਲ। ਅਰੇ ਮੇਰੀ ਖੁਸ਼ਕਿਸਮਤੀ ਇਹ ਹੈ ਵੀ ਮੈਨੂੰ ਉਹਨਾਂ ਦੇ ਨਾਲ 8-10 ਸਾਲ ਕੰਮ ਕਰਨ ਦਾ ਮੌਕਾ ਮਿਲਿਆ, ਸਟੇਜਾਂ 'ਤੇ ਜਾ ਜਾ ਕੇ ਖੜਨ ਦਾ ਮੌਕਾ ਮਿਲਿਆ। ਔਰ ਮੈਂ ਹਰ ਥਾਂ 'ਤੇ ਜ਼ਿਕਰ ਕਰਦਾ ਹੁੰਦਾ ਵੀ ਮੈਂ ਜੋ ਵੀ ਹਾਂ, ਜਿੱਥੇ ਵੀ ਹਾਂ, ਸਭ ਕੁਛ ਬਾਈ ਜੀ ਹੋਰਾਂ ਦੀ ਬਦੌਲਤ ਹੈ। ਇਸ ਗੱਲ ਦਾ ਦੁੱਖ ਦਿਲ ਦੇ ਵਿੱਚ ਹਮੇਸ਼ਾ ਰਹੂਗਾ, ਰਹਿੰਦੀ ਜ਼ਿੰਦਗੀ ਤੱਕ ਵੀ ਬਾਈ ਜੀ ਸਾਡੇ ਵਿੱਚ ਨਹੀਂ। ਪਰ ਤੁਸੀਂ ਉਹਨਾਂ ਦੇ ਗੀਤਾਂ ਨੂੰ, ਉਹਨਾਂ ਦੇ ਬੋਲਾਂ ਨੂੰ ਬੜਾ ਪਿਆਰ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡੇ ਨਾਲ ਵਾਅਦਾ ਕੀਤਾ ਵੀ ਮੈਂ ਹਰ ਸਾਲ 8 ਜੂਨ ਨੂੰ ਬਾਈ ਧਰਮਪ੍ਰੀਤ ਹੋਰਾਂ ਦੀ ਬਰਸੀ 'ਤੇ ਇੱਕ ਸੈਡ ਸੌਂਗ ਰਿਲੀਜ਼ ਕਰਿਆ ਕਰਨਾ। ਪਿਛਲੇ 2 ਸਾਲ ਤੋਂ ਅਸੀਂ, ਪਹਿਲੇ ਸਾਲ ਆਖਰੀ ਸਾਹ ਗਾਣਾ ਕੀਤਾ ਸੀ, ਪਿਛਲੇ ਸਾਲ ਅਸੀਂ ਗਾਣਾ ਕੀਤਾ 2 ਬੋਲ ਸੁਣਨ ਨੂੰ ਤਰਸੇਗੀ, ਉੱਥੋਂ ਸ਼ੁਰੂ ਕਰਦੇ ਆਪਾਂ ਸਥਾਈ ਅੰਤਰਾ 2 ਬੋਲ ਦਾ। ਉਸ ਤੋਂ ਬਾਅਦ ਇੱਕ ਗਾਣਾ ਬਾਈ ਜੀ ਦਾ ਵਿੱਚ ਮਿਕਸ ਕਰਕੇ ਤੁਹਾਨੂੰ ਸੁਣਾਊਂਗਾ। ਉਮੀਦ ਕਰਦਾ ਤੁਹਾਨੂੰ ਚੰਗਾ ਲੱਗੂਗਾ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਜਦ ਮੈਂ ਤੇਰੇ ਕੋਲ ਨਾ ਹੋਇਆ ਤੂੰ ਫੇਰ ਬੈਠ ਕੇ ਸੋਚੇਗੀ, ਜਾਂਦੇ ਨਾ ਰੁਸਦੀ ਰਹੀ ਐਵੇਂ ਕਰ ਮਾਂ ਨੂੰ ਚੱਲੀਏ ਕੋਸਗੀ। ਸਾਊਂਡ ਕੱਲ ਮੜਾ ਇੱਥੇ ਧਿਆਨ ਰੱਖਿਓ, ਥੋੜਾ ਜਿਹਾ ਘੱਟ ਗਿਆ ਹਰਵਰ। ਸਾਰੀ ਜ਼ਿੰਦਗੀ ਰੋਸੇ ਗਲਿਆਂ 'ਚ ਲੰਘਾ ਦਿੰਦੇ ਹਾਂ, ਜਦੋਂ ਨੂੰ ਸਮਝ ਆਉਂਦੀ ਹੈ ਉਦੋਂ ਨੂੰ ਸਮਾਂ ਲੰਘ ਚੁੱਕਿਆ ਹੁੰਦਾ, ਉਦੋਂ ਪੱਲੇ ਕੁਛ ਨਹੀਂ ਪੈਂਦਾ। ਕੀ ਲਿਖਿਆ ਲਾਸਟ ਗੱਲ ਹੈ, ਛਾਵੇਂਗੀ ਬਿਨ ਮਤਲਬ ਤੰਗਾ ਹੁੰਦਾ ਸੀ,
ਸਥਾਈ ਤੇ ਇੱਕ ਅੰਤਰਾ ਸਿਰਫ ਬਾਈ ਤਰਪ੍ਰੀਤ ਹੋਰਾਂ ਦਾ, ਇੱਕ ਤਾਰੀ ਖੁੱਲ੍ਹ ਕੇ ਲਾ ਦਿਓ ਬਾਈ ਜੀ ਦੇ ਨਾਂ 'ਤੇ, ਕਿਉਂਕਿ ਮੇਰੇ ਮਨ ਨੂੰ ਫਿਰ ਸਕੂਨ ਮਿਲਦਾ ਜੇ ਤੁਸੀਂ ਉਹਨਾਂ ਦੇ ਗੀਤਾਂ ਨੂੰ, ਤੁਸੀਂ ਉਹਨਾਂ ਦੇ ਬੋਲਾਂ ਨੂੰ ਪਿਆਰ ਕਰਦੇ ਆ। ਮੈਂ ਆਪਣੇ ਆਪ 'ਚ ਮੈਂ ਆਪਣਾ ਕੁਛ ਨਹੀਂ ਸਮਝਦਾ, ਸਾਰਾ ਕੁਛ ਉਹਨਾਂ ਦਾ ਹੀ। ਜਿਉਂਦੇ ਰਹੋ। ਹੋਇਆ ਨੀ ਮੈਂ ਤੇਰੀ ਉਹ ਕਸਮ ਤੋਂ।